असलम जी दोस्तों की हाल है जी ठीक हो उम्मीद करते हैं सारे वेखन आए ठीक हो होगी अल्लाह पाक तमाम दोस्तों अपने रखे मैं रजा शाह और देख रहे हो यूट्यूब चैनल की दुनिया अज जनाब तारीख है जो चौदह मार्च दो हज़ार चौबी तो अज अनाब वास्ते निहायत खूबसूरत जानवर फॉर सेल लैके आए हैं वीडियो बड़ी स्पेसल होने वाली है जनाब काफ़ी ज़्यादा जानवर तुम्हें तो इस वीडियो में मिलन के सेल वास्ते जोड़े मौजूद ने और इस तो पहले कि जानवरों की डिटेल बारे गल करिए तमाम दोस्तों अगर गुजारिश करते हैं मेरे यूट्यूब चैनल जे मेरे चैनल पर नवे ने कांडली सबसक्राइब कर दर भीडियोज़ को ज़्यादा से ज़्यादा शेयर करो लाइक करो ताकि तमाम दोस्त तक वीडियो पहुँच सके ਇਹ ਜਨਾਬ ਦੀ ਤਰਫੋਂ ਪਿਆਰ ਹੁੰਦਾ ਹੀ ਸਾਡੀ ਹੌਸਲਾ ਅਫਜ਼ਾਈ ਹੁੰਦੀ ਹੈ ਔਰ तमाम ਦੋਸਤਾਂ ਅੱਗੇ ਹੀ ਗੁਜ਼ਾਰਿਸ਼ ਹੈ ਜਨਾਬ ਅਸੀਂ ਤੇ ਜਾ ਕੇ ਸਪੈਸ਼ਲੀ ਕਾਫੀ ਦੂਰ ਦੂਰ ਜਾ ਕੇ ਵੀਡੀਓਜ਼ ਬਣਾਉਣੇ ਆ ਤੁਹਾਡੇ ਵਾਸਤੇ ਤੇ ਤੁਸੀਂ ਵੀ ਪਿਆਰ ਮੁਹੱਬਤ ਕਰਿਆ ਕਰੋ ਜਨਾਬ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹੁਣ ਤੁਹਾਡੇ ਸਾਹਮਣੇ ਜਿਹੜੀ ਗੋੜੀ ਦੀ ਵੀਡੀਓ ਚੱਲਦੀ ਪਈ ਹੈ ਮਾਸ਼ਾਅੱਲਾ ਨੁਕਰੀ ਵਛੇਰੀ ਹੈ ਜੀ ਸਰਲ ਵਛੇਰੀ ਆ ਹਲੇ 21 ਤੋਂ 22 ਮਹੀਨੇ ਵਛੇਰੀ ਦੀ ਉਮਰ ਹੈ ਤੇ 60 ਇੰਚ ਇਸ ਟਾਈਮ ਵਛੇਰੀ ਦਾ ਕੱਦ ਜੇ ਮਾਸ਼ਾਅੱਲਾ ਨਿਆਇਤ ਖੂਬਸੂਰਤ ਹੈ ਅੱਖਾਂ ਦੋਵੇਂ ਕਾਲੀਆਂ ਸੋਂ ਮੱਥਾ ਸਾਫ ਪੈਰਾਂ ਦੀ ਬਿਲਕੁਲ ਸਾਫ ਹੈ ਕਿਸੇ ਕਿਸਮ ਦਾ ਕੋਈ ਫਾਲਟ ਨਹੀਂ ਔਰ ਡਿਮਾਂਡ ਦੀ ਗੱਲ ਕਰੀਏ ਤੇ ਡਿਮਾਂਡ ਜਨਾਬ ਵਛੇਰੀ ਦੀ ਮਾਲਕ ਕਰ ਦੇ ਜੇ 12 ਲੱਖ ਤੇ ਮਜ਼ੀਦ ਮੌਕੇ ਤੇ ਕਮੀ ਬੇਸ਼ੀ ਹੋ ਜਾਏਗੀ ਬਿਲਕੁਲ ਫਰੈਸ਼ ਵੀਡੀਓ ਅਟੈਚ ਕਰ ਰਿਹਾ ਮਾਸ਼ਾਅੱਲਾ ਚੈੱਕ ਕਰ ਸਕਦੇ ਹੋ ਮੋਟੀ ਤਾਜ਼ੀ ਦੁਬਲੀ ਪਤਲੀ ਵਛੇਰੀ ਹੈ ਕਿਸੇ ਕਿਸਮ ਦਾ ਵਛੇਰੀ ਨੂੰ ਕੋਈ ਨੁਕਸ ਹੈ ਨਹੀਂ ਲਾਦੂ ਉਹਨਾਂ ਨੇ ਕੱਢੀ ਹੋਈ ਹੈ ਤੇ ਚਾਂਦੀ ਨੁਕਰਾ ਰੰਗੇ ਕੋਈ ਛਾਪਾ ਨਹੀਂ ਕੀ ਬਾਤ ਹੈ ਮਾਸ਼ਾਅੱਲਾ ਨਿਆਇਤ ਖੂਬਸੂਰਤ ਹੈ ਤੇ ਹਾਲੇ ਨਿਹਾਈਟ ਵੀ ਕਰਨੀ ਬਾਕੀ ਜਨਾਬ ਚੀਜ਼ ਤੁਹਾਡੇ ਸਾਹਮਣੇ ਹੈ ਇਸ ਤੋਂ ਬਾਅਦ ਇੱਕ ਕੁਲਾ ਪੰਜ ਕਲਿਆਨ ਬਚੇਰਾ ਵੀਡੀਓ ਤੁਹਾਡੇ ਸਾਹਮਣੇ ਚੱਲਦੀ ਪਈ ਹੈ 12 ਤੋਂ 13 ਮਹੀਨੇ ਜਨਾਬ ਬਚੇਰੇ ਦੀ ਉਮਰ ਹੈ ਔਰ ਪੰਜ ਕਲਿਆਨ ਹੈ ਕੁਲੇ ਰੰਗ ਵਿੱਚ ਬਸਕੀ ਕੁਲਾ ਬਚੇਰਾ ਜਾਦ ਪੁਛਲ ਬਚੇਰੇ ਦਾ ਬਸਕੀ ਕਲਰ ਵਿੱਚ ਹੈ ਸਫੈਦ ਜਾਦ ਪੁਛਲ ਮਾਸ਼ਾਅੱਲਾ ਚੀਜ਼ ਤੁਹਾਡੇ ਸਾਹਮਣੇ ਗੋਲ ਮਟੋਲ ਸੋਹਣਾ ਘੋੜਾ ਬਣੇਗਾ ਇਨਸ਼ਾਅੱਲਾ ਤੇ ਡਿਮਾਂਡ ਦੀ ਗੱਲ ਕਰੀ ਤੇ 9 ਲੱਖ ਡਿਮਾਂਡ ਕਰਦੇ ਜੀ ਰਾਪਤਾ ਨੰਬਰ ਮੇਰਾ ਸਕਰੀਨ ਤੇ ਵੀ ਚੱਲਦਾ ਪਿਆ WhatsApp 03154062902 WhatsApp ਨੰਬਰ ਹੈ ਅਗਰ ਕਾਲ ਤੇ ਰਾਪਤਾ ਕਰਨਾ ਹੋਵੇ ਤੇ ਇਸੇ ਨੰਬਰ ਤੇ ਸ਼ਾਮ 4 ਵਜੇ ਤੋਂ ਬਾਅਦ ਤੁਸੀਂ ਕਾਲ ਤੇ ਵੀ ਰਾਪਤਾ ਕਰ ਸਕਦੇ ਹੋ ਬਛੇਰੇ ਦੀਆਂ ਅੱਖਾਂ ਦੋਵੇਂ ਕਾਲੀਆਂ ਨੇ ਮੱਥਾ ਸਾਫ਼ ਹੈ ਪੈਰਾਂ ਦਾ ਬਿਲਕੁਲ ਸਾਫ਼ ਹੈ ਕਿਸੇ ਕਿਸਮ ਦਾ ਕੋਈ ਫਾਲਟ ਨਹੀਂ ਬਿਲਕੁਲ ਫਰੈਸ਼ ਵੀਡੀਓ ਅਟੈਚ ਕਰ ਰਿਹਾ ਐ ਇਸੇ ਕੰਡੀਸ਼ਨ ਵਿੱਚ ਤੁਹਾਨੂੰ ਜਾਨਵਰ ਮਿਲੇਗਾ ਮਾਸ਼ਾਅੱਲਾ ਜੀ ਕੰਨ ਕਿਨੋਤੇ ਤੁਸੀਂ ਚੈੱਕ ਕਰੋ ਅੰਗਾਸ ਵੇਖੋ ਬਛੇਰੇ ਦਾ ਕਿਆ ਬਾਤ ਹੈ ਅੱਲਾ ਪਾਕ ਨੇ ਬਹੁਤ ਜ਼ਿਆਦਾ ਹੁਸਨ ਦਿੱਤਾ ਜੀ ਬਚੇਰੇ ਨੂੰ ਪੰਜ ਕਲਿਆਨ ਪੂਰਾ ਚਾਰੋਂ ਪੈਰ ਗੋੜਿਆਂ ਤੱਕ ਸਫੈਦ ਨੇ ਮੱਥਾ ਸਫੈਦ ਤੇ ਬਹੁਤ ਸੋਹਣਾ ਗਾਸ ਗਰਦਨ ਬੜੀ ਪਿਆਰੀ ਹੈ ਜੀ ਮਾਸ਼ਾਅੱਲਾ ਤੇ ਜਿਹੜੇ ਭਾਈ ਸ਼ੌਕੀਨ ਭਾਈ ਪਰਚੇਸ ਕਰਨਾ ਚਾਹੁੰਦੇ ਨੇ ਇਸ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਮੇਰੇ WhatsApp ਤੇ ਭੇਜ ਕੇ ਤੁਸੀਂ ਮਜ਼ੀਦ ਗੱਲਬਾਤ ਕਰ ਸਕਦੇ ਹੋ ਔਰ ਅਗਰ ਕਾਲ ਤੇ ਰਾਬਤਾ ਕਰਨਾ ਹੋਵੇ ਤੇ ਸ਼ਾਮ 4:00 ਤੋ ਬਾਅਦ ਕਾਲ ਤੇ ਰਾਬਤਾ ਕਰ ਸਕਦੇ ਹੋ ਕਾਫੀ ਦੋਸਤ ਕਾਲ ਕਰਕੇ ਕਹਿ ਰਹੇ ਹੁੰਦੇ ਨੇ ਕਿ ਫਲਾਂ ਜਾਨਵਰ ਦੀ ਡਿਟੇਲ ਦਿਓ ਤੇ ਪਿਆਰੇ ਭਾਈ ਇਸ ਤਰ੍ਹਾਂ ਨਹੀਂ ਪਤਾ ਚੱਲ ਰਿਹਾ ਹੁੰਦਾ ਜਿਹੜਾ ਤੁਸੀਂ ਜਾਨਵਰ ਵੇਖਦੇ ਹੋ ਕਾਈਂਡਲੀ ਉਹਦਾ ਸਕਰੀਨਸ਼ਾਟ ਲੈ ਲਿਆ ਕਰੋ ਸਕਰੀਨਸ਼ਾਟ ਲੈ ਕੇ ਤੇ WhatsApp ਤੇ ਭੇਜ ਕੇ ਤੁਸੀਂ ਫੌਰੀ ਤੌਰ ਤੇ ਮੇਰੇ ਕੋਲ ਡਿਟੇਲ ਲੈ ਸਕਦੇ ਹੋ ਤੀਸਰੇ ਨੰਬਰ ਤੇ ਜਨਾਬ ਇੱਕ ਗੋੜੀ ਦੀ ਵੀਡੀਓ ਚੱਲਦੀ ਪਈ ਆ ਮੁਸ਼ਕੀ ਰੰਗ ਵਿੱਚ ਗੋੜੀ ਹੈ ਉਮਰ ਗੋੜੀ ਦੀ ਸ਼ੁਰੂ 5 ਸਾਲ ਹੈ ਮਲਕਿ 4 ਸਾਲ ਮਾਲਕ ਦੱਸ ਦੇਣੇ 4 ਤੋਂ ਸਾਢੇ 4 ਸਾਲ ਉਮਰ ਹੈ 58 ਇੰਚ ਜਨਾਬ ਗੋੜੀ ਦਾ ਕੱਦ ਜੇ ਤੇ ਬਿਲਕੁਲ ਫਰੈਸ਼ ਵੀਡੀਓ ਡਬਲ ਬਾਡੀ ਵਿੱਚ ਗੋੜੀ ਹੈ ਮਾਸ਼ਾਅੱਲਾ ਸੋਹਣੀ ਗੋੜੀ ਸਵਾਰੀ ਦੀ ਬਿਲਕੁਲ ਸਾਫ਼ ਹੈ ਅੱਖਾਂ ਤੋਂ ਵਿੱਚ ਕਾਲੀਆਂ ਨੇ ਮੱਥਾ ਸਾਫ਼ ਪੈਰਾਂ ਦੀ ਸਾਫ਼ ਹੈ ਜੀ ਤੇ ਘੋੜਾ ਵੀ ਕਰਾਸ ਹੋਇਆ ਸੋ ਇਹ ਤਿੰਨੋਂ ਜਾਨਵਰ ਜਨਾਬ ਕਬੀਰ ਵਾਲਾ ਵਿੱਚ ਮੌਜੂਦ ਨੇ ਔਰ ਗੋੜੀ ਦੀ ਡਿਮਾਂਡ ਦੀ ਗੱਲ ਕਰੀ ਤੇ 350 ਹਜ਼ਾਰ ਮਾਲਕ ਡਿਮਾਂਡ ਕਰ ਰਹੇ ਨੇ ਇਸ ਗੋੜੀ ਦੀ ਇਨਸ਼ਾਅੱਲਾ ਮਜ਼ੀਦ ਮੌਕੇ ਤੇ ਕਮੀ ਬੇਸ਼ਿਕਰਵਾ ਕੇ ਲੈ ਦੇਾਂਗੇ ਜਾਨਵਰ ਫਾਲਟ ਇਹਨਾਂ ਤਿੰਨਾਂ ਨੂੰ ਕਿਸੇ ਕਿਸਮ ਦਾ ਵੀ ਨਹੀਂ ਹੈ ਔਰ ਤਿੰਨਾਂ ਜਾਨਵਰਾਂ ਦੀ ਬਿਲਕੁਲ ਫਰੈਸ਼ ਵੀਡੀਓ ਅਟੈਚ ਕਰ ਰਹੇ ਹਾਂ ਇਨਸ਼ਾਅੱਲਾ ਐਸੀ ਕੰਡੀਸ਼ਨ ਵਿੱਚ ਤੁਹਾਨੂੰ ਮਿਲਣਗੇ ਅਗਰ ਕੋਈ ਭਾਈ ਪਰਚੇਸ ਕਰਨਾ ਚਾਹੁੰਦਾ ਹੈ ਤਿੰਨੋਂ ਜਾਨਵਰ ਬਹੁਤ ਖੂਬਸੂਰਤ ਨੇ ਜੀ ਮਾਸ਼ਾਅੱਲਾ ਸਾਡੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਔਰ ਜਾਨਵਰ ਪਰਚੇਸ ਕਰ ਸਕਦੇ ਹੋ ਪੂਰੀ ਕੋਸ਼ਿਸ਼ ਕਰਾਂਗੇ ਪੂਰੀ ਇਨਸ਼ਾਅੱਲਾ ਤਸੱਲੀ ਦੇ ਨਾਲ ਤੁਹਾਨੂੰ ਜਾਨਵਰ ਲੈ ਕੇ ਦਈਏ ਘੋੜੀ ਦੇ ਪਿਛਲੇ ਦੋ ਪੈਰ ਸਫੈਦ ਨੇ ਅਗਲਾ ਇੱਕ ਪੈਰ ਸਫੈਦ ਯਾਨੀ ਕਿ ਤਿੰਨ ਪੈਰ ਟੋਟਲ ਸਫੈਦ ਨੇ ਮੱਥਾ ਸਫੈਦ ਹੈ ਅਕਸਰ ਦੋਸਤ ਕਾਲ ਕਰ ਰਹੇ ਹੁੰਦੇ ਨੇ ਕੋ ਤਿੰਨ ਪੈਰ ਸਫੈਦ ਤੇ ਮੱਥਾ ਸਫੈਦ ਵਾਲੀ ਘੋੜੀ ਲੱਭ ਕੇ ਦਿਓ ते बहुत डिफरेंट चीज़ है जी बखतं गोली समझी जाती इस तरह की जिंदे निशानियाँ आदि ने पूरी ख़ानदानी निशानियाँ ने गोली राइडिंग भी अच्छी करवादी है जी वीडियो अटैच कर रहे हैं तो चैक कर सकते हो चेक करो जी माशाला जबरदस्त हो गया पूरी कोशिश करी दी किसी बी का टाइम जया ना हो اور انہوں ਜਿਹੜੀ ਐਕੂਰੇਟ ਇਨਫਾਰਮੇਸ਼ਨ ਅਸੀਂ ਮੁਹੱਈਆ ਕਰੀ ਆਪਣੇ ਇਸ ਚੈਨਲ ਦੇ ਜ਼ਰੀਏ ਤਾਂ ਕਿ ਸਬਾਈ ਦਾ ਟਾਈਮ ਜਾਇਨਾ ਚੌਥੇ ਨੰਬਰ ਤੇ ਜਨਾਬ ਇੱਕ ਬਚੇਰੇ ਦੀ ਵੀਡੀਓ ਚੱਲਦੀ ਪਈ ਆ ਉਹ ਵੀ ਪੰਜ ਕਲਿਆਣ ਹੈ ਜੀ ਤੇ ਸਰਗੋਦਾ ਵਿੱਚ ਬਚੇਰਾ ਮੌਜੂਦ ਹੈ ਸਰਲ ਹਾਲੇ ਹਾਈਟ ਹੈ ਦੀ 57.5 ਤੋਂ 58 ਇੰਚ ਤੇ ਡਿਮਾਂਡ ਮਾਲਕ 4 ਲੱਖ ਕਰ ਦੇ ਜੇ مزید ਮੌਕੇ ਤੇ ਕਮੀ ਬੇਸ਼ੀ ਹੋ ਜਾਏਗੀ ਕੱਕਾ ਪੰਜ ਕਲਿਆਣ ਬਚੇਰਾ ਕਿਸੇ ਕਿਸਮ ਦਾ ਫਾਲਟ ਕੋਈ ਨਹੀਂ ਨੈਕਸਟ ਵੀਡੀਓ ਇੱਕ ਤੁਹਾਨੂੰ ਘੋੜਾ ਨਜ਼ਰ ਆਉਂਦਾ ਪਿਆ ਜੀ ਕੁੱਲੇ ਰੰਗ ਵਿੱਚ ਮਾਸ਼ਾਅੱਲਾ ਨਿਹਾਇਤ ਖੂਬਸੂਰਤ ਹੈ ਬਹੁਤ ਹੁਸਨ ਹੈ ਘੋੜੇ ਕੋਲਾਲਾਪਾਕ ਨੇ ਹੁਸਨ ਨਾਲ ਨਵਾਜ਼ਿਆ ਜੀ ਸਰਗੋਦਾ ਵਿੱਚ ਘੋੜਾ ਮੌਜੂਦ ਹੈ ਉਮਰ ਘੋੜੇ ਦੀ 5 ਸਾਲ ਹੈ 58 ਤੋਂ 60 ਇੰਚ ਜਨਾਬ ਘੋੜੇ ਦਾ ਕਾਰਜ ਜੇ ਸਵਾਰੀ ਦਾ ਬਿਲਕੁਲ ਸਾਫ਼ ਹੈ ਤੇ ਨਜ਼ਾਬਾਜ਼ੀ ਵਗੈਰਾ ਇਹ ਡਾਂਸ ਕੋਈ ਨਹੀਂ ਕਰਦਾ ਜੀ ਸਿਰਫ ਸਵਾਰੀ ਕਰਾਂਦਾ ਹੈ ਘੋੜਾ ਤੇ ਡਿਮਾਂਡ ਮਾਲਕ ਦੇ ਦੀ 5 ਲੱਖ ਕਰਦੇ ਜੇ ਮਜ਼ੀਦ ਮੌਕੇ ਤੇ ਕਮੀ ਬੇਸ਼ੀ ਹੋ ਜਾਏਗੀ ਸੋਹਣਾ ਚਾਲਬਾਜ਼ ਗੋੜਾਂਗਾ ਸੀ ਗੋੜਾ ਫਾਲਟ ਕਿਸੇ ਕਿਸਮ ਦਾ ਕੋਈ ਨਹੀਂ ਹੱਥ ਪੈਰ ਦਾ ਸਾਫ਼ ਅੱਖਾਂ ਦੋਵੇਂ ਕਾਲੀਆਂ ਨੇ ਮੱਥਾ ਸਾਫ਼ ਹੈ ਕਿਸੇ ਕਿਸਮ ਦਾ ਵੀ ਕੋਈ ਫਾਲਟ ਨਹੀਂ ਮਾਸ਼ਾਅੱਲਾ ਚੈੱਕ ਕਰੋ ਬਿਲਕੁਲ ਫਰੈਸ਼ ਵੀਡੀਓ ਅਟੈਚ ਕਰ ਰਿਹਾ ਹਾਂ ਕੰਡ ਵਿੱਚ ਲੀਕਾ ਸੋ ਬੜਾ ਬਖਤਾਂ ਵਾਲਾ ਜਾਨਵਰ ਸਮਝਿਆ ਜਾਂਦਾ ਜਿੰਦੀਆਂ ਵਾਲੀ ਪੂਰੀਆਂ ਨਿਸ਼ਾਨੀਆਂ ਹਨ ਬਿਲਕੁਲ ਸਵਾਰੀ ਦਾ ਸਾਫ਼ ਹੈ ਜੀ ਵੀਡੀਓ ਸਵਾਰੀ ਦੀ ਵੀ ਅਟੈਚ ਕਰ ਦਿੱਤੀ ਹੈ ਕੋਈ ਭਾਈ ਪਰਚੇਸ ਕਰਨਾ ਚਾਹੁੰਦਾ ਹੈ ਇਸ ਵੀਡੀਓ ਦਾ ਸਕਰੀਨਸ਼ਾਟ ਨੈਕਸਟ ਵੀਡੀਓ ਜਨਾਬ ਇੱਕ ਸਾਵੇ ਰੰਗ ਦੀ ਘੋੜੀ ਤਾਂ ਉਹ ਨਜ਼ਰ ਆ ਰਹੀ ਹੈ ਮਾਸ਼ਾਅੱਲਾ ਬੜੀ ਪਿਆਰੀ ਘੋੜੀ ਹੈ ਜੀ ਅੰਗਾਸ ਬਹੁਤ ਸੋਹਣਾ ਘੋੜੀ ਖੁੱਲ 60 ਤੋਂ 61 ਇੰਚ ਕੱਦ ਦੇ ਜੀ ਪਿਓਰ ਨਸਲੀ ਘੋੜੀ ਹੈ ਪਿਓਰ ਦੇਸੀ 라ਵੀ ਬਰੀਡ ਸਾਵੀ ਮੱਕੀ ਚੀਨੀ ਰੰਗ ਹੈ ਜੀ ਤੇ ਉਮਰ ਘੋੜੀ ਦੀ ਜਨਾਬ 4.5 ਤੋਂ 5 ਸਾਲ ਜੇ 60 ਤੋਂ 61 ਇੰਚ ਘੋੜੀ ਦਾ ਕੱਦ ਹੈ ਸੂਹਲ ਘੋੜੀ ਪਿਛਲੇ ਸੂਹੇ ਵਿੱਚ ਜਨਾਬ ਮੁਸ਼ਕਾ ਵਛੇਰਾ ਸੀ ਇਹਦਾ ਵੀਡੀਓ ਮੌਜੂਦ ਹੈ और नैक्सट उन्होंने कोई अठ दिन पहले जनाब नुकरे गोड़े तो गोली क्रॉस करवाई है फॉल्ट किसी किस्म का कोई नहीं माशाला डिमांड की गल करिए पां लाख गोड़ी की डिमांड कर दे मजीद मौके से कमी बेशी हो जाएगी कोई भाई परचेज करना चाहता है तो इस वीडियो का स्क्रीनशॉट लैके मेरे व्हाट्सएप पर भेज के मजीद मेरे नलबात कर सकते हो क्रॉसिंग विडियो अवेलेबल है और गोड़ी तुडे तो सामने माशाला गर्दन चैक करो ਹੰਗਾਸ ਵੇਖੋ ਮਾਸ਼ਾਅੱਲਾ ਜੀ ਬਹੁਤ ਸੋਹਣੀ ਘੋੜੀ ਕਿਸੇ ਕਿਸਮ ਦਾ ਕੋਈ ਫਾਲਟ ਨਹੀਂ ਕੋਈ ਵੀ ਪਰਚੇਸ ਕਰਨਾ ਚਾਹੁੰਦਾ ਹੈ ਤੇ ਮੇਰੇ ਨਾਲ ਰਾਬਤਾ ਕਰ ਸਕਦਾ ਹੈ ਸਵਾਰੀ ਦੀ ਵੀ ਬਿਲਕੁਲ ਸਾਫ਼ ਹੈ ਜੀ ਬਿਲਕੁਲ ਫਰੈਸ਼ ਵੀਡੀਓ ਹੈ ਜਿਹੜੇ ਭਾਈ ਪਰਚੇਸ ਕਰਨਾ ਚਾਹੁੰਦੇ ਨੇ ਇਸ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਮੇਰੇ WhatsApp ਤੇ ਭੇਜ ਕੇ ਤੁਸੀਂ ਮਜੀਦ ਗੱਲਬਾਤ ਕਰ ਸਕਦੇ ਹੋ ਨੈਕਸਟ ਵੀਡੀਓ ਜੇ ਤੁਹਾਨੂੰ ਨੁਕਰੀ ਘੋੜੀ ਇੱਕ ਨਜ਼ਰ ਆ ਰਹੀ ਹੈ ਜੀ ਮਾਸ਼ਾਅੱਲਾ ਕੀ ਖੂਬਸੂਰਤ ਚੀਜ਼ ਹੈ ਉਮਰ ਦੀ ਗੱਲ ਕਰੀ ਤੇ 5 ਸਾਲ 5 ਤੋਂ 5.5 ਸਾਲ ਉਮਰੇ ਕਮਾਲੀਆਂ ਵਿੱਚ ਘੋੜੀ ਮੌਜੂਦ ਜੇ ਤੇ ਹਾਈਟ ਦੀ 58 ਇੰਚ ਘੋੜੀ ਦੀ ਅੱਖਾਂ ਦੋਵੇਂ ਕਾਲੀਆਂ ਨੇ ਔਰ ਨੁਕਰੇ ਘੋੜੇ ਤੋਂ ਕਰਾਸ ਹੈ ਘੋੜੀ ਕਰਾਸਿੰਗ ਵੀਡੀਓ ਅਵੇਲੇਬਲ ਹੈ ਚੰਨ ਦਿਨ ਪਹਿਲੇ ਉਹਨਾਂ ਨੇ ਕਰਾਸ ਕਰਵਾਈ ਜੀ ਅਜੇ ਚੈੱਕ ਕੋਈ ਨਹੀਂ ਹੋਈ ਤੇ ਡਿਮਾਂਡ ਦੀ ਗੱਲ ਕਰੀ ਤੇ 5 ਲੱਖ 50 ਹਜ਼ਾਰ ਘੋੜੀ ਦੀ ਡਿਮਾਂਡ ਕਰਦੇ ਜੇ ਮਸਿੱਦ ਮੌਕੇ ਤੇ ਕਮੀ ਬੇਸ਼ੀ ਵੀ ਹੋ ਜਾਏਗੀ ਕਮਾਲੀਆਂ ਵਿੱਚ ਮੌਜੂਦ ਹੈ ਕੋਈ ਵੀ ਪਰਚੇਸ ਕਰਨਾ ਚਾਹੁੰਦਾ ਹੈ ਤਾਂ ਇਸ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਮੇਰੇ WhatsApp ਤੇ ਭੇਜ ਕੇ ਤੁਸੀਂ ਮਜ਼ੀਦ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਬਿਲਕੁਲ ਸਪਾਰਟਲੈਸ ਨੁਕਰੀ ਹੈ ਜੀ ਪੂਰੇ ਜਿਸਮ ਤੇ ਕੋਈ ਛਾਪਾ ਨਹੀਂ ਮਾਸ਼ਾਅੱਲਾ ਬਹੁਤ ਖੂਬਸੂਰਤ ਚੀਜ਼ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ ਸੁਥਰੀ ਪਿਓਰ ਚਾਂਦੀ ਨੁਕਰੀ ਵਚੇਰੀ ਹੈ ਜਿਹਨੂੰ ਅਸਲ ਵਿੱਚ ਨੁਕਰੀ ਕਹਿੰਦੇ ਨੇ ਉਹ ਚੀਜ਼ ਜਿਬਾਜ਼ਕਾ ਛਾਪੇਦਾਰ ਹੁੰਦੇ ਨੇ ਉਹਨੂੰ ਵੀ ਲੋਕੀ ਅਨੁਕਰਾ ਕਹਿ ਛੱਡਦੇ ਨੇ ਕੋਈ ਲਾਲ ਰੰਗ ਦੀ ਹੁੰਦੀ ਹੈ ਤੇ ਉਹ ਵੀ ਨੁਕਰੀਆਂ ਕਹਿ ਛੱਡਦੇ ਨੇ ਲੇਕਿਨ ਪਿਓਰ ਚਾਂਦੀ ਨੁਕਰੀਆਂ ਨੂੰ ਕਹਿੰਦੇ ਨੇ ਮਾਸ਼ਾਅੱਲਾ ਬਿਲਕੁਲ ਫਰੈਸ਼ ਵੀਡੀਓ ਨੈਕਸਟ ਵੀਡੀਓ ਜੇ ਜਨਾਬ ਇੱਕ ਤੁਹਾਨੂੰ ਗੋੜੀ ਨਜ਼ਰ ਆ ਰਹੀ ਹੈ ਕਮੈਤ ਰੰਗ ਵਿੱਚ ਉਮਰ ਗੋੜੀ ਦੀ ਦੁਆਖ ਤੋਂ 4 60 ਤੋਂ 61 ਇੰਚ ਗੋੜੀ ਦਾ ਕਰਦੇ ਤੇ ਨੁਕਰੇ ਗੋੜੀ ਤੋਂ 18 ਦਿਨਾਂ ਦੀ ਗੱਭਾਂ ਨੇ ਗੋੜੀ ਹਾਲੇ ਚੈੱਕ ਨਹੀਂ ਹੋਈ ਔਰ ਲੋਕੇਸ਼ਨ ਦੀ ਗੱਲ ਕਰੀਏ ਤੇ ਟੋਬਾ ਟੈਕਸਿੰਗ ਵਿੱਚ ਗੋੜੀ ਮੌਜੂਦ ਤੇ ਡਿਮਾਂਡ ਗੋੜੀ ਦੀ 4 ਲੱਖ 50 ਹਜ਼ਾਰ ਕਰਦੇ ਪੈਣੇ राबता नंबर सिर्फ वट्सएप जीरो तीन सौ पंद्रह चाली छब्बी नौ सौ दो अगर कॉल से रबता करना हो नंबर पर शाम चार बजे तो बाद कॉल से भी राबता कर सकते हो मजीद डिटेल लैनी है तो इस वीडियो का स्क्रीनशॉट लैके मेरे वट्सएपे भेज के तुम मजीद मेरे नलबात भी कर सकते हो बिल्कुल फ्रैश वीडियो जी फॉल्ट किसी किस्म का कोई नहीं हाथ पैर द साफ एक गोड़ी अखा तो में कलिया सुमत्था साफ किसी किस्म का कोई इशू नहीं है गोड़ी में ਬਿਲਕੁਲ ਡਬਲ ਬਾਡੀ ਦੀ ਫਿੱਟ ਘੋੜੀ ਹੈ ਮਾਸ਼ਾਅੱਲਾ ਦੰਦਾ ਦੀ ਵੀਡੀਓ ਵੀ ਚੈੱਕ ਕਰਵਾ ਦੇਣਾ ਉਹ ਵੀ ਤੁਸੀਂ ਚੈੱਕ ਕਰ ਲਓ ਅਜੇ ਹੌਨ ਜਨਾਬ ਦੁਆਕਤ ਚਾਰ ਲੱਗਦੀ ਪਈ ਹੈ ਘੋੜੀ ਔਰ ਇਨਸ਼ਾਅੱਲਾ ਮਜ਼ੀਦ ਕੱਦ ਵੀ ਬਤਾਏਗੀ ਨੈਕਸਟ ਵੀਡੀਓ ਤੁਹਾਨੂੰ ਇੱਕ ਨੁਕਰੀ ਬਛੇਰੀ ਨਜ਼ਰ ਆ ਰਹੀ ਜੀ 7 ਤੋਂ 8 ਮਹੀਨੇ ਉਮਰੇ ਕਾਂਝੋੜ ਬਛੇਰੀ ਹੈ ਫੈਸਲਾਬਾਦ ਦੇ ਇਲਾਕੇ ਵਿੱਚ ਮੌਜੂਦ ਹੈ ਜਨਾਬ ਤੇ ਡਿਮਾਂਡ ਦੀ ਗੱਲ ਕਰੀਏ ਤੇ 8 ਲੱਖ 50 ਹਜ਼ਾਰ ਬਛੇਰੀ ਦੀ ਮਾਲਕ ਡਿਮਾਂਡ ਕਰਦੇ ਪੈ ਜੇ ਹੱਥ ਪੈਰ ਦੀ ਘੋੜੀ ਬਛੇਰੀ ਬਿਲਕੁਲ ਸਾਫ਼ ਹੈ ਜੀ ਅੱਖਾਂ ਦੋਵੇਂ ਕਾਲੀਆਂ ਨੇ ਮੱਥਾ ਸਾਫ਼ ਪੈਰਾਂ ਦੇ ਬਿਲਕੁਲ ਸਾਫ਼ ਕਿਸੇ ਕਿਸਮ ਦਾ ਕੋਈ ਫਾਲਟ ਨਹੀਂ ਫੈਸਲਾਬਾਦ ਦੇ ਇਲਾਕੇ ਵਿੱਚ ਮੌਜੂਦ ਹੈ ਤੇ ਡਿਮਾਂਡ 8 ਲੱਖ 50 ਹਜ਼ਾਰ ਕਰ ਦੇ ਜੇ ਮਜ਼ੀਦ ਮੌਕੇ ਤੇ ਕਮੀ ਬੇਸ਼ੀ ਹੋ ਜਾਏਗੀ ਕੋਈ ਭਾਈ ਪਰਚੇਸ ਕਰਨਾ ਚਾਹੁੰਦਾ ਹੈ ਤੇ ਇਸ ਵੀਡੀਓ ਦਾ ਸਕਰੀਨ ਸ਼ਾਟ ਲੈ ਕੇ ਮੇਰੇ WhatsApp ਤੇ ਭੇਜ ਕੇ ਤੁਸੀਂ ਮਜ਼ੀਦ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਇਹਦੀ ਮਾਂ ਦੀ ਵੀਡੀਓ ਵੀ ਅਟੈਚ ਕਰ ਦੇਣਾ ਕੁੱਲੇ ਰੰਗ ਵਿੱਚ ਜਨਾਬ ਇਹਦੀ ਮਾਂ ਹੈ और यह खुद मालिक दसते पैने वे बशीर खोखर आुकरे घोड़े दची है माशा घोड़ी माँ भी बहुत प्यारी है जी हाइट और बॉडी बाडी बहुत प्यारी आउट क्लास चीज़ और इन शाला भी चंकी वीड् घोड़ी बनेगी एक आठ तो बाहठ इंच नैक्सट वीडियो तो गोड़ी नज़र आ रही है दुआक चार गोड़ी की उम्र जे और हाइट यदि साठ तो एक आहठ इंच है इस टाइम ਟੋਰੇ ਬਾਸ ਚਾਲ ਬਾਸ ਗੋੜੀ ਸਰਗੋਦਾ ਦੇ ਇਲਾਕੇ ਵਿੱਚ ਮੌਜੂਦ ਹੈ ਅੱਛੀ ਛੁਤਰੀ ਚਾਲ ਹੈ ਜੀ ਤੇ ਡਿਮਾਂਡ ਦੀ ਗੱਲ ਕਰੀ ਤੇ ਮਾਲਕ 5.5 ਲੱਖ 50 ਹਜ਼ਾਰ ਗੋੜੀ ਦੀ ਡਿਮਾਂਡ ਕਰਦੇ ਪਏ ਜੀ مزید ਮੌਕੇ ਤੇ ਕਮੀ ਬੇਸੀ ਵੀ ਹੋ ਜਾਏਗੀ ਬਿਲਕੁਲ ਫਰੈਸ਼ ਵੀਡੀਓ ਹੈ ਚੀਜ਼ ਚੈੱਕ ਕਰੋ ਤੁਸੀਂ ਅੰਗਾਸ ਗਰਦਨ ਕੰਨ ਕਨੋਤੀ ਬਹੁਤ ਖੂਬਸੂਰਤ ਹੈ ਜੀ ਮਾਸ਼ਾਅੱਲਾ ਅੱਲਾ ਪਾਕ ਨੇ ਬਹੁਤ ਜ਼ਿਆਦਾ ਹੁਸਨ ਦਿੱਤਾ ਗੋੜੀ ਨੂੰ ਬਿਲਕੁਲ ਫਰੈਸ਼ ਵੀਡੀਓਜ਼ ਨੇ ਐਸੀ ਕੰਡੀਸ਼ਨ ਵਿੱਚ ਤੁਹਾਨੂੰ ਮਿਲੇਗੀ ਅਗਰ ਕੋਈ ਭਾਈ ਪਰਚੇਸ ਕਰਨਾ ਚਾਹੁੰਦਾ ਹੈ ਰਾਪਤਾ ਨੰਬਰ ਮੈਂ ਅਗੇ ਸ਼ੇਅਰ ਕਰ ਦਿੱਤਾ ਦੁਬਾਰਾ ਦੱਸ ਦੇਣਾ 03154026902 मेरा व्हाट्सएप नंबर है अगर कॉल से रबता करना हो नंबर पर शाम चार बजे तो बाद कॉल से भी, भी राबता कर सदते हो नैक्सट वीडियो सावी रंग की गोली तो नज़र आ रही है दस महीने की ग्बण है गोली और चिनियो के इलाके मौजूद है पाँच साल उम्र है अठवंजा इंच तो कर दे अठवंजा तो उन्नाहठ इंच तो डिमांड यदि साढ़े पाँच लाख कर पै जे मजीद मौके पर कमी बेशी हो जाएगी राबता नंबर जीरो तीन सौ पंद्रह चाली छब्बीस नौ सौ दो माशाला जी का